ਵੀ ਪਲਾਂਟ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਦਾ, ਉਹਦੇ ਵਜ੍ਹਾ ਨਾਲ ਇਹ ਧਰਨਾ ਲੱਗਿਆ। ਨਹੀਂ ਨਹੀਂ ਕਰਦੇ, 20 ਤੋਂ 21 ਵਾਰੀ ਸਾਨੂੰ ਲਿਖਤੀ ਮੀਟਿੰਗਾਂ ਦਾ ਸਮਾਂ ਦਿੱਤਾ, 20 ਤਰੀਕ ਦਾ ਵੀ ਦਿੱਤਾ, ਫਿਰ 24 ਦਾ ਦੇ ਤਾ, ਉਹਨੂੰ ਹੁਣ ਅੱਗੇ ਕਰ ਦਿੱਤਾ ਗਿਆ, 2 ਤਰੀਕ ਦਾ ਪਾ ਦਿੱਤਾ ਗਿਆ। ਅਤੇ ਸੀ ਐਮ ਸਾਹਿਬ ਵੀ ਸਾਡੇ ਨਾਲ ਕੋਈ ਮੀਟਿੰਗ ਨਹੀਂ ਕਰਦੇ। ਵੇਰਕਾ ਮਿਲਕ ਕੈਟਲ ਫੀਡ ਪਲਾਂਟ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਪਟਿਆਲਾ ਪਲਾਂਟ ਅਤੇ ਧਰਨਾ ਲਾਇਆ ਗਿਆ। ਆਗੂਆਂ ਨੇ ਦੋਸ਼ ਲਾਇਆ ਕਿ ਪਿਛਲੇ ਲੰਮੇ ਸਮੇਂ ਤੋਂ ਵੇਰਕਾ ਦੇ ਵਿਭਾਗਾਂ ਵਿੱਚ ਕੰਮ ਕਰਦੇ ਵਰਕਰਾਂ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਪਿਛਲੀਆਂ ਸਰਕਾਰਾਂ ਵਾਂਗ ਭਗਵੰਤ ਸਿੰਘ ਮਾਨ ਦੀ ਸਰਕਾਰ ਵੀ ਨਜ਼ਰਅੰਦਾਜ਼ ਕਰ ਰਹੀ ਹੈ ਅਤੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ 'ਚ ਰੈਗੂਲਰ ਕਰਨ ਦੀ ਬਜਾਏ ਉਹਨਾਂ ਦੇ ਕੱਚੇ ਕੰਮ ਨੂੰ ਖਤਮ ਕਰਕੇ ਬੇਰੁਜ਼ਗਾਰਾਂ ਨੂੰ ਘਰ ਰੁਜ਼ਗਾਰ ਦੇਣ ਦਾ ਢੌਂਗ ਰਚਿਆ ਜਾ ਰਿਹਾ ਹੈ। ਇਹਦੀ ਮੰਗ ਇਹ ਹੈ ਜੀ, ਸਾਡੀਆਂ ਕੋਈ ਇੱਕ ਮੰਗ ਨਹੀਂ, ਸਾਡੀਆਂ 2 ਤੋਂ 3 ਮੰਗਾਂ ਨੇ ਅੱਜ ਦੀਆਂ। ਇੱਕ ਤਾਂ ਕੋਈ ਛੋਟੇ ਛੋਟੀਆਂ ਮੰਗਾਂ ਸਾਡੀਆਂ ਪਲਾਂਟ ਪੱਧਰ ਦੀਆਂ ਹੁੰਦੀਆਂ ਵੀ ਪਲਾਂਟ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਦਾ, ਉਹਦੇ ਵਜ੍ਹਾ ਨਾਲ ਇਹ ਧਰਨਾ ਲੱਗਿਆ। ਅਤੇ ਦੂਜਾ ਧਰਨਾ ਜਿਹੜਾ ਹੈਗਾ ਇਹ CTC ਰੱਦ ਕਰਾਉਣ ਵਾਸਤੇ ਆ। CTC ਇੱਕ ਪੈਟਰਨ ਬਣਾਇਆ ਗਿਆ ਸਾਡੇ 'ਤੇ ਅਤੇ ਉਹਨੂੰ ਰੱਦ ਕਰਾਉਣ ਵਾਸਤੇ ਆ। ਪਹਿਲਾਂ ਵੀ ਕਈ ਵਾਰੀ ਗੱਲਾਂ ਬਾਤਾਂ ਚੱਲੀਆਂ, ਅਫਸਰਾਂ ਨਾਲ ਵੀ ਚੱਲੀਆਂ, ਹੈੱਡ ਆਫਿਸ ਵੀ ਚੱਲੀਆਂ, ਸਰਕਾਰ ਨਾਲ ਵੀ ਹੋਈ ਆ, ਪਰ ਇਹ 'ਤੇ ਕੋਈ ਵਿਚਾਰ ਨਹੀਂ ਦਿੱਤਾ ਗਿਆ ਉਹਨਾਂ ਦਾ। ਹਰ ਵਾਰ ਚਿੱਠੀ ਪੱਤਰ ਵਾਲਾ ਕੰਮ ਕੀਤਾ ਜਾਂਦਾ। ਅਤੇ ਸਾਡੀ ਇੱਕ ਮੰਗ ਇਹ ਵੀ ਹੈ ਤੀਸਰੀ, ਵੀ CM ਸਾਹਿਬ ਨੇ ਨਹੀਂ ਨਹੀਂ ਕਰਦੇ, 20 ਤੋਂ 21 ਵਾਰੀ ਸਾਨੂੰ ਲਿਖਤੀ ਮੀਟਿੰਗਾਂ ਦਾ ਸਮਾਂ ਦਿੱਤਾ, 20 ਤਰੀਕ ਦਾ ਵੀ ਦਿੱਤਾ, ਫਿਰ 24 ਦਾ ਦੇ ਤਾ, ਉਹਨੂੰ ਹੁਣ ਅੱਗੇ ਕਰ ਦਿੱਤਾ ਗਿਆ, 2 ਤਰੀਕ ਦਾ ਪਾ ਦਿੱਤਾ ਗਿਆ। ਅਤੇ CM ਸਾਹਿਬ ਵੀ ਸਾਡੇ ਨਾਲ ਕੋਈ ਮੀਟਿੰਗ ਨਹੀਂ ਕਰਦੇ, ਉਹਦੇ ਵੀ ਵਿਰੋਧ ਦੇ ਵਿੱਚ, ਪੰਜਾਬ ਸਰਕਾਰ ਦੇ ਵਿਰੋਧ ਦੇ ਵਿੱਚ ਵੀ ਅਸੀਂ ਨੇ ਅੱਜ ਧਰਨਾ ਲਾਇਆ ਗਿਆ ਬਾਈ ਜੀ। ਹਾਂ ਜੀ, ਧਰਨਾ ਲਾਇਆ ਅੱਜ। ਜਿਹੜਾ ਇਹ ਧਰਨਾ ਸਿਰਫ ਪਟਿਆਲਾ ਪਲਾਂਟ ਵਿਖੇ ਨਹੀਂ ਹੈਗਾ, ਇਹ ਸਾਰੇ ਹੀ ਮਿਲਕ ਪਲਾਂਟ ਦੇ, ਕੈਟਲ ਫੀਡ ਪਲਾਂਟ, ਜਿਹੜੇ ਮਿਲਕ ਫੈਡ ਦੇ ਸਾਰੇ ਪਲਾਂਟ ਆ, ਇਹ ਸਾਰਿਆਂ ਦੇ ਗੇਟਾਂ 'ਤੇ ਧਰਨਾ ਅਤੇ ਗੇਟ ਰੈਲੀਆਂ ਨੇ। ਕਿਉਂਕਿ ਸਾਨੂੰ 24 ਤਰੀਕ ਦਾ ਅਸੀਂ ਧਰਨਾ ਲਾਇਆ ਸੀਗਾ ਮੋਹਾਲੀ, ਲਾਉਣਾ ਸੀਗਾ ਮੋਹਾਲੀ ਪਲਾਂਟ, ਉਹ ਅਸੀਂ ਮੈਨੇਜਮੈਂਟ ਨੇ ਸਾਡੇ ਤੋਂ ਹਫ਼ਤੇ ਦਾ ਸਮਾਂ ਮੰਗਿਆ, ਇਸ ਕਰਕੇ ਅਸੀਂ ਉਹਨਾਂ ਨੂੰ ਸਮਾਂ ਦੇ ਕੇ ਜਿਹੜੀਆਂ 2-2, 3-3 ਘੰਟੇ ਦੀਆਂ ਇਹ ਛੋਟਾ ਪ੍ਰਦਰਸ਼ਨ ਕੀਤਾ ਅੱਜ। ਪਰ ਜੇਕਰ ਸਾਡੀਆਂ ਮੰਗਾਂ ਹੁਣ ਤੱਕ ਵੀ ਪੂਰੀਆਂ ਨਾ ਕੀਤੀਆਂ ਗਈਆਂ ਆਉਣ ਵਾਲੇ ਸਮੇਂ 'ਚ, ਤਾਂ 5 ਤਰੀਕ ਨੂੰ ਸਾਰੇ ਪੰਜਾਬ 'ਚੋਂ ਮਿਲਕ ਪਲਾਂਟਾਂ 'ਚੋਂ, ਕੈਟਲ ਫੀਡ ਪਲਾਂਟਾਂ 'ਚੋਂ ਬੱਸਾਂ ਭਰ ਕੇ, ਚਾਹੇ ਉਹ ਆਊਟਸੋਰਸ ਜਥੇਬੰਦੀ ਹੈ, ਚਾਹੇ ਉਹ CTC ਵਰਕਰ ਹੈ, ਚਾਹੇ ਉਹ ਕੌਨਫੈਡਰੇਸ਼ਨ ਆ, ਸਾਰੇ ਹੀ ਅਸੀਂ ਮੋਹਾਲੀ ਪਲਾਂਟ ਵਿਖੇ ਧਰਨਾ ਲਾਵਾਂਗੇ ਸਰਕਾਰ ਦੇ ਖਿਲਾਫ਼। ਮੀਟਿੰਗ ਵਗੈਰਾ ਦੀ ਹੈੱਡ ਆਫਿਸ ਸਾਡੀ ਗੱਲ ਚੱਲਦੀ ਹੈ, ਮਾਨਯੋਗ MD ਸਾਹਿਬ ਕਹਿੰਦੇ ਵੀ BK ਸਿੰਘ ਨਾਲ, ਜੋ ਆਪਣੇ ਫਾਈਨਾਂਸ ਕਮਿਸ਼ਨਰ ਨਾਲ ਕਮਿਸ਼ਨਰ ਨੇ, ਉਹਨਾਂ ਨਾਲ ਜਲਦ ਤੋਂ ਜਲਦ ਤੁਹਾਡੀ ਮੁਲਾਕਾਤ ਕਰਾਈ ਜਾਊਗੀ। ਸਾਡੀ ਮੰਗ ਮੇਨ ਇਹ ਆ ਵੀ 16-2, ਦੇਖੋ ਜੀ, ਦੂਜੇ ਮਹੀਨੇ ਦੀ ਬੋਰਡ ਦੀ ਮੀਟਿੰਗ ਹੋਈ ਆ ਜਿਹੜੀ, ਉਹਦੇ ਵਿੱਚ ਪਾਸ ਹੋਇਆ ਏਜੰਡਾ RCS ਵੀ ਸੇਤੀਆ ਜੀ ਹੁਣ ਤੱਕ ਪਾਸ ਨਹੀਂ ਕਰ ਰਹੇ, ਦੁਬਾਰਾ ਚਿੱਠੀ ਪੱਤਰ ਖੇਡੀ ਜਾਂਦੇ ਆ। ਅਤੇ ਜਿਹੜੀ ਨੀਤੀ ਦੇ ਖਿਲਾਫ਼ ਅਸੀਂ ਲੜ ਰਹੇ ਹਾਂ, ਉਹ ਨੀਤੀ ਹੈ 2018 ਦੇ ਵਿੱਚ CTC ਲਾਈ ਹੋਈ, ਜਿਹਨੇ ਪਲਾਂਟਾਂ ਨੂੰ ਨਿੱਜੀਕਰਨ ਵੱਲ, ਮਤਲਬ ਪ੍ਰਾਈਵੇਟ ਅਦਾਰਿਆਂ ਨੂੰ ਦੇਣ ਵੱਲ ਤੋਰਤਾ। ਇਸ ਕਰਕੇ ਅਸੀਂ ਇਹ ਮੰਗ ਕਰਦੇ ਹਾਂ ਵੀ ਜਲਦ ਤੋਂ ਜਲਦ ਇਸ ਮਸਲੇ ਦਾ ਹੱਲ ਹੋਵੇ।